ਜਖਮੀ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਉਸਦੇ ਡਰਾਈਵਰ ਨੇ ਪੁਲਿਸ ਵਾਲਿਆਂ ਦੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਸੀ ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਸ਼ੱਕੀ ਵਿਅਕਤੀ ਤੇ ਗੋਲੀ ਚਲਾਈਆਂ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦਾਇਰ ਕੀਤੀ ਗਈ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਸਮਰਥਕਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ। ਟਿਕੈਤ ਦੇ ਮੁਤਾਬਕ ਇਹ ਹਮਲਾ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਹੋਇਆ ਹੈ। ਉਹਨਾਂ ਨੇ ਇਸ ਬਾਰੇ ਟਵਿੱਟਰ ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਤੇ ਹਮਲਾ ਜ਼ਿਲ੍ਹੇ ਦੇ ਬਾਂਸੂਰ ਰੋਡ ਤੇ ਹੋਇਆ ਹੈ। ਰਾਕੇਸ਼ ਟਿਕੈਤ ਖੇਤੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਬਣੇ ਹੋਏ ਨੇ। ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੰਚਾਇਤ ਕਰ ਰਹੇ ਨੇ। ਕੁਝ ਦਿਨ ਪਹਿਲਾਂ ਟਿਕੈਤ ਪੱਛਮੀ ਬੰਗਾਲ ਦੇ ਦੌਰੇ ਤੇ ਸਨ ਅਤੇ ਹੁਣ ਰਾਜਸਥਾਨ ਦੇ ਦੌਰੇ ਤੇ ਨੇ। ਚਿੱਲਾ ਬਾਰਡਰ ਕੁਝ ਦੇਰ ਲਈ ਜਾਮ ਕੀਤਾ ਗਿਆ। ਰਾਕੇਸ਼ ਟਿਕੈਤ ਦੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਨੇ ਚਿੱਲਾ ਬਾਰਡਰ ਕੁਝ ਸਮੇਂ ਲਈ ਆਪਣਾ ਆਪ ਜਾਮ ਕਰ ਦਿੱਤਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ। ਕਿਸਾਨਾਂ ਦਾ ਕਹਿਣਾ ਸੀ ਕਿ ਟਿਕੈਤ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਪਰ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ 24 ਘੰਟੇ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਮੁੜ ਜਾਮ ਲਗਾ ਦੇਣਗੇ। ਟਿਕੈਤ ਤੇ ਹੋਏ ਹਮਲੇ ਤੋਂ ਬਾਅਦ ਮੁਜ਼ਾਹਰਾ ਕਾਰੀਆਂ ਨੇ ਗਾਜੀਪੁਰ ਬਾਰਡਰ ਦੇ ਕੌਮੀ ਰਾਜਮਾਰਗ 9 ਨੂੰ ਜਾਮ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਹਾਈਵੇ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ। ਪੰਜਾਬ ਦੇ ਖੇਤਾਂ ਵਿੱਚ ਬਦਲਾ ਮਜ਼ਦੂਰੀ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਲਿਖੇ ਪੱਤਰ ਤੇ ਸਿਆਸਤ ਪੂਰੀ ਪਾ ਗਈ ਹੈ। ਇਸ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਮਨੁੱਖੀ ਤਸਕਰੀ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਅਪਣਾਈ ਜਾ ਰਹੀ ਬਦਲਾ ਮਜ਼ਦੂਰੀ ਪ੍ਰਥਾ ਦੇ ਮੁੱਦੇ ਤੇ ਗ੍ਰਹਿ ਮੰਤਰਾਲੇ ਦੇ ਪੱਤਰ ਨੂੰ ਹਾਸੋਹੀਣਾ ਕਰਾਰ ਦਿੱਤਾ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇਸ ਦਾ ਮਕਸਦ ਸੂਬੇ ਦੇ ਕਿਸਾਨਾਂ ਨੂੰ ਬਦਨਾਮ ਕਰਨਾ ਹੈ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪੱਤਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ BSF ਦੇ ਹਠਮੰਜਾ ਲੋਕ ਪੜੇ ਨੇ ਜੋ ਕਿ ਮਾਨਸਿਕ ਤੌਰ ਤੇ ਬਿਮਾਰ ਨੇ, ਨਾਲ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਬਿਨਾਂ ਆਦਮੀ ਨੂੰ ਚੰਗੀ ਤਨਖਾਹ ਦੇ ਵਾਅਦੇ ਦੇ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਅਬੋਹਰ ਦੇ ਇਲਾਕਿਆਂ ਵਿੱਚ ਇਹਨਾਂ ਨੂੰ ਬਦਲ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾਂਦਾ ਹੈ। ਬ੍ਰਿਟੇਨ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਪ੍ਰਕੋਪ ਦੇ ਵਿਚਾਲੇ ਆਪਣੀ ਯਾਤਰਾ ਪਾਬੰਦੀ ਦੀ ਸੂਚੀ ਵਿੱਚ 4 ਹੋਰ ਦੇਸ਼ ਮਤਲਬ ਬੰਗਲਾਦੇਸ਼, ਕੀਨੀਆ, ਪਾਕਿਸਤਾਨ ਅਤੇ ਫਿਲੀਪੀਨਜ਼ ਨੂੰ ਜੋੜਿਆ ਹੈ। ਆਵਾਜਾਈ ਵਿਭਾਗ ਨੇ ਕਿਹਾ ਕਿ ਬ੍ਰਿਟੇਨ ਵਿੱਚ ਤਾਜ਼ਾ ਪਾਬੰਦੀ 9 ਅਪ੍ਰੈਲ ਤੋਂ ਪ੍ਰਭਾਵ ਵਿੱਚ ਆਉਣਗੀਆਂ। ਯਾਤਰਾ ਪਾਬੰਦੀ ਦੀਆਂ ਸ਼ਰਤਾਂ ਦੇ ਮੁਤਾਬਕ ਪਿਛਲੇ 10 ਦਿਨਾਂ ਵਿੱਚ ਉਕਤ ਦੇਸ਼ਾਂ ਤੋਂ ਰਵਾਨਾ ਹੋਣ ਵਾਲੇ ਜਾਂ ਇਹਨਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੰਗਲੈਂਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਬ੍ਰਿਟੇਨ ਅਤੇ ਆਇਰਲੈਂਡ ਦੇ ਨਾਗਰਿਕ ਅਤੇ ਬ੍ਰਿਟੇਨ ਵਿੱਚ ਰਹਿਣ ਦਾ ਅਧਿਕਾਰ ਰੱਖਣ ਵਾਲੇ ਲੋਕ ਦਾਖਲ ਹੋ ਸਕਦੇ ਨੇ, ਪਰ ਉਹਨਾਂ ਨੂੰ 10 ਦਿਨ ਤੱਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲ ਦੇ ਵਿੱਚ ਖੁਦ ਦੇ ਖਰਚ ਤੇ ਕੁਆਰੰਟੀਨ ਰਹਿਣਾ ਪਵੇਗਾ। ਬ੍ਰਿਟੇਨ ਦੀ ਯਾਤਰਾ ਪਾਬੰਦੀ ਵਾਲੀ ਸੂਚੀ ਵਿੱਚ ਹੁਣ ਕੋਲ 39 ਦੇਸ਼ਾਂ ਦੇ ਨਾਂ ਸ਼ਾਮਲ ਨੇ। ਇਹਨਾਂ ਵਿੱਚ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵੀ ਸ਼ਾਮਲ ਹੈ, ਜਿੱਥੇ ਵਾਇਰਸ ਦੇ 2 ਨਵੇਂ ਵੇਰੀਐਂਟ ਦਾ ਪਤਾ ਚੱਲਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੁਆਰਾ BJP ਦੁਆਰਾ ਕਿਸਾਨਾਂ ਦੇ ਖਿਲਾਫ਼ ਕੀਤੀ ਜਾਣ ਵਾਲੀ ਬਿਆਨਬਾਜ਼ੀ ਦੇ ਖਿਲਾਫ਼ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਗੱਲਬਾਤ ਦੇ ਦੌਰਾਨ ਆਗੂਆਂ ਦਾ ਕੀ ਕਹਿਣਾ ਹੈ, ਆਓ ਦੇਖਦੇ ਹਾਂ। ਮੇਰਾ ਨਾਮ ਗੁਰਵਜਨ ਚੱਬਾ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਦਫ਼ਤਰ ਸਕੱਤਰ। ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਗ੍ਰਹਿ ਮੰਤਰਾਲੇ ਦਾ ਜਿਹੜਾ ਵਾ ਉਹ ਪੁਤਲਾ ਫੂਕਿਆ
क्योंकि गृह मंत्री वालों कल जिहड़ा वा किसानां दे खिलाफ जिहड़ी आ बयानबाजी जिहड़ी कीती गई कि मजदूरां दा जिहड़ा वा उह शोषण कर रहे आ किसान उहनां नूं नशा दे के कम कराउंदे इहो जी भद्दी जिहड़ी आ शब्दावली दे बयानबाजी कीती इहदे खिलाफ असीं रोस जो अज्ज पुतला फूकिया क्योंकि कदे वी कोई किसान जिहड़ा मजदूर दी जिहड़ी आ उहदा शोषण नहीं करदा ना कोई नशे दा सेवन कराउंदा इह सिर्फ सरकारां जिहड़ियां वा अंदोलन तो जिहड़ा वा ध्यान पासे कराउण वास्ते किसानां दा ते आम लोकां दे विच पाड़ा पाउण वास्ते इहो जिहे बयान दागदियां क्योंकि किसानां दा अंदोलन आया होया दिल्ली दे बार्डरां दे सिखर ते पहुँच चुका ते लगातार जिहड़ा वा जित वल वध रिहा उहदे वास्ते कोई ना कोई हथकंडा अपना के नवां जिहड़ा वा सगूफा जिहड़ा तैयार करके ते केंद्र सरकार जिहड़ी उह कढ मारदी आ ਤਾਂ ਕਿ ਲੋਕਾਂ ਦਾ ਧਿਆਨ ਪਾਸੇ ਹਟਾਇਆ ਜਾਵੇ ਇਹ ਵੀ ਇੱਕ ਉਸੇ ਕੜੀ ਦਾ ਹਿੱਸਾ ਵਾ ਕਿ ਕਿਸਾਨਾਂ ਨੂੰ ਜਿਹੜਾ ਬਦਨਾਮ ਕਰਨ ਵਾਸਤੇ ਅਤੇ ਕੇਂਦਰ ਸਰਕਾਰ ਨੇ ਜਦੋਂ ਪੂਰੀ ਤਰ੍ਹਾਂ ਸ਼ਿਖਰਾਂ 'ਤੇ ਅੰਦੋਲਨ ਗਿਆ ਹੋਵੇ ਤਾਂ ਉਦੋਂ ਇਹੋ ਜਿਹਾ ਜਿਹੜਾ ਵਾ ਕਿਸਾਨਾਂ ਦੇ ਖਿਲਾਫ ਜਿਹੜੀ ਆ ਚਿੱਠੀ ਲਿਖਣੀ ਜਾਂ ਹੋਰ ਕਈ ਤਰ੍ਹਾਂ ਦੇ ਬਿਆਨ ਦੇਣੇ ਬਿਲਕੁਲ ਅਸੀਂ ਇਹਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਅੱਜ ਅਸੀਂ ਪੁਤਲਾ ਵੀ ਫੂਕ ਕੇ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿ ਇਹੋ ਜਿਹੇ ਜਿਹੜੀਆਂ ਭੱਦੀ ਸ਼ਬਦਾਵਲੀ ਜਾਂ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਆ ਬਿਲਕੁਲੋਂ ਗਲਤ ਗੱਲ ਆ ਨਹੀਂ ਕਰਨੀ ਚਾਹੀਦੀ ਕਿਸਾਨ ਆਪਣੇ ਹੱਕਾਂ ਲਈ ਜੋ ਅੰਦੋਲਨ ਚਲਾ ਰਹੇ ਉਹਨੂੰ ਬਿਲਕੁਲੋਂ ਜਿੱਤ ਕੇ ਅਤੇ ਫਿਰ ਉਹ ਜਿਹੜਾ ਆਪਣੇ ਘਰਾਂ ਨੂੰ ਵਾਪਸ ਆਉਣਗੇ ਤਦ ਤੱਕ ਸਾਡਾ ਜਿਹੜਾ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਸਾਡਾ ਦਿੱਲੀ ਦੇ ਬਾਰਡਰਾਂ 'ਤੇ ਦਿਨ ਰਾਤ ਜਿਹੜਾ ਵਾ ਧਰਨਾ ਜਿਹੜਾ ਵਾ ਜਾਰੀ ਰਹੂਗਾ ਉਹਦੇ ਵਿੱਚ ਕਿਸਾਨ ਮਜ਼ਦੂਰ ਅਤੇ ਆਮ ਲੋਕ ਜਿਹੜੇ ਵੱਡੀ ਪੱਧਰ 'ਤੇ ਸ਼ਮੂਲੀਅਤ ਕਰ ਰਹੇ ਆ ਇਹਨਾਂ ਦਾ ਏਕਾ ਵੀ ਬਰਕਰਾਰ ਆ ਕਰਾਰ ਆ ਜਿਸ ਤਰ੍ਹਾਂ ਮਰਜ਼ੀ ਸਰਕਾਰ ਕਰ ਰਹੇ ਬਿਲਕੁਲੋਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਜਿਹੜੇ ਆ ਲੋਕ ਨਹੀਂ ਗਏ ਹਾਂਜੀ ਆਪਣੇ ਨਾਮ ਅਤੇ ਪਾਰਟੀ ਦਾ ਨਾਮ ਦੱਸੋ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਾਉਣ ਪ੍ਰਧਾਨ ਜੀ ਸਰ ਅੱਜ ਪੁਤਲਾ ਕਿੱਦਾਂ ਫੁੱਕਿਆ ਗਿਆ ਅੱਜ ਜੀ ਅਸੀਂ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿੰਡ ਵਨਚੜੀ ਦੇ ਰੋਡ ਜਾਮ ਕਰਕੇ ਅਤੇ ਗ੍ਰਹਿ ਮੰਤਰਾਲੇ ਦਾ ਜਿਹੜਾ ਆਪਣਾ ਪੁਤਲਾ ਉਹ ਅੱਜ ਸਾੜ ਰਹੇ ਹਾਂ ਅਤੇ ਉਹ ਸਾੜ ਦਿੱਤਾ ਵਾ ਅਤੇ ਇਸੇ ਤਰ੍ਹਾਂ ਅਸੀਂ ਥਾਂ ਥਾਂ ਪਿੰਡਾਂ ਦੇ ਵਿੱਚ ਸਾੜ ਰਹੇ ਹਾਂ ਅਤੇ ਉਹਨਾਂ ਦਾ ਜਿਹੜਾ ਵਿਰੋਧ ਕਰ ਰਹੇ ਹਾਂ ਜੋ ਉਹਨਾਂ ਨੇ ਇੱਕ ਲੈਟਰ ਦੇ ਵਿੱਚ ਲਿਖਿਆ ਵੀ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਬੰਦੀ ਬਣਾ ਕੇ ਕਿਸਾਨ ਜਿਹੜੇ ਆ ਉਹ ਨਸ਼ੇ ਖਵਾ ਕੇ ਅਤੇ ਕੰਮ ਕਰਵਾ ਰਹੇ ਨੇ ਅਤੇ ਇਸ ਕਰਕੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਅਤੇ ਜ਼ੀਰੋ ਗ੍ਰੈਂਡ ਦੇ ਵਿੱਚੋਂ ਜਿਹੜਾ ਤੁਹਾਨੂੰ ਦੱਸਿਆ ਗਿਆ ਇਸੇ ਕਰਕੇ ਕਿ ਸਾਡੇ ਵੱਲੋਂ ਕੋਈ ਵੀ ਨਸ਼ਾ ਤਿਆਰ ਨਹੀਂ ਇਹੋ ਜਿਹਾ ਕੀਤਾ ਜਾਂਦਾ ਨਾ ਕਿਸੇ ਨੂੰ ਨਸ਼ਾ ਖਵਾਇਆ ਜਾਂਦਾ ਜੇ ਕਿਸੇ ਬੰਦੇ ਨੂੰ ਅਸੀਂ ਕੰਮ 'ਤੇ ਲਾਉਂਦੇ ਹਾਂ ਤਾਂ ਉਹਨੂੰ ਪੂਰੀ ਦਿਹਾੜੀ ਦਿੱਤੀ ਜਾਂਦੀ ਆ ਅਤੇ ਉਹਦਾ ਜੋ ਖੁਸ਼ੀ ਮਨ 'ਚ ਆਇਆ ਵਾ ਉਹ ਦਿਹਾੜੀ ਲੈ ਸਕਦਾ ਅਤੇ ਦਿਹਾੜੀ ਦੇ ਕੇ ਕੰਮ ਕਰਵਾਇਆ ਜਾਂਦਾ ਕੋਈ ਲਾਲਚ ਨਹੀਂ ਉਹਨੂੰ ਦਿੱਤਾ ਜਾਂਦਾ ਨਾ ਕਿਸੇ ਧਰਨੇ ਵਿਚਾਰੇ ਦੇ ਖੜਨ ਵਾਸਤੇ ਅਤੇ ਨਾ ਉਹਨੂੰ ਘਰ ਦਾ ਕੰਮ ਕਰਾਉਣ ਵਾਸਤੇ ਅਤੇ ਜੋ ਲੋਕ ਜਿਹੜੇ ਆ ਸਰਹੱਦਾਂ ਦੇ ਉੱਤੇ ਜਾ ਕੇ ਬੈਠੇ ਨੇ ਸਾਡੇ ਨਾਲ ਧਰਨੇ ਵਿਚਾਰਿਆਂ ਦੇ ਵਿੱਚ ਉਹ ਵੀ ਮਜ਼ਦੂਰ ਵੀ ਬੈਠੇ ਨੇ ਅਤੇ ਕਿਸਾਨ ਵੀ ਬੈਠੇ ਨੇ ਹੋਰ ਵਰਗ ਵੀ ਬੈਠੇ ਨੇ ਉਹ ਆਪਣਾ ਕਰਕੇ ਬੈਠੇ ਨੇ ਇਸ ਕਰਕੇ ਵੀ ਸਾਡੇ ਨਾਲ ਧੱਕੇਸ਼ਾਹੀ ਹੋਈ ਰਹੀ ਆ ਸਾਡੀਆਂ ਜ਼ਮੀਨਾਂ ਖੁੱਸ ਰਹੀਆਂ ਨੇ ਅਤੇ ਜ਼ਮੀਨਾਂ ਦੇ ਚਾਰ ਸਫੇਰੇ ਸਾਰਾ ਕੁਝ ਘੁੰਮ ਰਿਹਾ ਵਾ ਇਸ ਕਰਕੇ ਜਿਹੜਾ ਵਾ ਧੱਕੇਸ਼ਾਹੀ ਮੋਦੀ ਦੀ ਜਿਹੜੀ ਆ ਨਹੀਂ ਕੋਈ ਬਰਦਾਸ਼ਤ ਕਰੂਗਾ ਲੋਕ ਜਿਹੜੇ ਧਰਨੇ ਮਜ਼ਾਰਿਆਂ ਵਿੱਚ ਵੀ ਜਾਣਗੇ ਉੱਥੇ ਵੀ ਸਰਹੱਦਾਂ 'ਤੇ ਵੀ ਬਹਿਣਗੇ ਨੇ ਜਾ ਕੇ ਅਤੇ ਆਪਣਾ ਜਿਹੜਾ ਕਾਰੋਬਾਰ ਨੇ ਉਹ ਵੀ ਚਲਾ ਰਹੇ ਨੇ ਬਾਕੀ ਜਿਹੜੇ ਨਸ਼ੇ ਦੀ ਗੱਲ ਆ ਨਸ਼ਾ ਤਾਂ ਸਰਕਾਰਾਂ ਲਿਆ ਰਹੀਆਂ ਨੇ ਉਹ ਨਸ਼ਾ ਜਿਹੜਾ ਵਾ ਕਿਸਾਨਾਂ ਵੱਲੋਂ ਕੋਈ ਵੀ ਪੈਦਾ ਨਹੀਂ ਕੀਤਾ ਜਾਂਦਾ ਇਹੋ ਜਿਹਾ ਵੀ ਜਿਹੜੀ ਆ ਕੋਈ ਹੀਰੋਇਨ ਕੋਈ ਅਸੀਂ ਪੈਦਾ ਕਰ ਲਵਾਂਗੇ ਜਾਂ ਕੋਈ ਤੰਬਾਕੂ ਪੈਦਾ ਕਰ ਲਵਾਂਗੇ ਜਾਂ ਕੋਈ ਹੋਰ ਕਰ ਲਵਾਂਗੇ ਸਾਡਾ ਤਾਂ ਜੇ ਕੋਈ ਕਿਸਾਨ ਜੇ ਕਿਸੇ ਘਰੋਂ ਬੋਤਲ ਸ਼ਰਾਬ ਆ ਤਾਂ ਉਹ ਫੜੀ ਜਾਂਦੀ ਆ ਉਹਦੇ 'ਤੇ ਪਰਚੇ ਦਰਜ ਹੋ ਜਾਂਦੇ ਆ ਅਤੇ ਅਸੀਂ ਕਿੱਥੋਂ ਨਸ਼ੇ ਆਪ ਪੀ ਲੈਣੇ ਅਤੇ ਨਸ਼ੇ ਕਿਸੇ ਨੂੰ ਖਵਾ ਦੇਣੇ ਜੋ ਕਰ ਰਹੀਆਂ ਸਰਕਾਰਾਂ ਕਰ ਰਹੀਆਂ ਅਤੇ ਸਰਕਾਰਾਂ ਸਾਡਾ ਜਿਹੜਾ ਅੰਦੋਲਨ ਹੈ ਉਹਨੂੰ ਟਾਰਪੀਟੋ ਕਰਨ ਵਾਸਤੇ ਸਾਡੇ 'ਤੇ ਇਹੋ ਜਿਹੀ ਇਲਜ਼ਾਮਬੰਦੀ ਆ ਉਹ ਕਰ ਰਹੀ ਆ ਮੈਂ ਸਰਵਣ ਸਿੰਘ ਬੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਜਨਰਲ ਸਕੱਤਰ ਬੋਲਦਾ ਜੀ ਜਿਹੜੀ ਕੇਂਦਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਆ ਅਤੇ ਬਹੁਤ ਸਾਰੀਆਂ ਉਹਨੂੰ ਲੈ ਕੇ ਜਿਵੇਂ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਆ ਜਿਵੇਂ ਜਿਹੜਾ ਕੇਂਦਰ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਅਤੇ ਕੇਂਦਰ ਪਹਿਲੇ ਦਿਨ ਤੋਂ ਕਿਸਾਨਾਂ ਦਾ ਨਾਂ ਬਦਨਾਮ ਕਰਨ 'ਤੇ ਲੱਗੀ ਹੋਈ ਆ ਉਹਦੇ ਵਿੱਚੋਂ ਇਹ ਟਾਈਮਿੰਗ 'ਚੋਂ ਇੰਨਾ ਇਸ ਸਮੇਂ ਦੇ ਵਿੱਚ ਇਹ ਚਿੱਠੀ ਘੱਲਣਾ ਅਤੇ ਇਹ ਚਿੱਠੀ ਦੇ ਜ਼ਰੀਆਂ ਜਿਹੜਾ ਨੈਸ਼ਨਲ ਮੀਡੀਆ ਖਾਸ ਕਰਕੇ ਮੋਦੀ ਸਰਕਾਰ ਨੂੰ ਸਪੋਰਟ ਕਰਦਾ ਵਾ ਸਾਰਾ ਮੀਡੀਆ ਨਹੀਂ ਕਹਿ ਸਕਦੇ ਉਹਨਾਂ ਦੇ ਥਰੂ ਇੱਕ ਵਾਰੀ ਮੀਡੀਆ ਟ੍ਰਾਇਲ ਕਰ ਦੇਣਾ ਬਾਰਡਰ ਦੇ ਕਿਸਾਨਾਂ ਨੂੰ ਖਾਸ ਕਰਕੇ ਟਾਰਗੇਟ ਕਰਨਾ ਜਿਵੇਂ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਜਾਂ ਹੋਰ ਤਾਂ ਉੱਥੇ ਇਹ ਦਾਅਵੇ ਕਰਨੇ ਵੀ ਜਿਹੜੇ ਬਿਹਾਰ ਤੋਂ ਆਉਂਦੇ ਮਜ਼ਦੂਰ ਆ ਉਹਨਾਂ ਨੂੰ ਮਧੂਆਂ ਮਜ਼ਦੂਰ ਪੰਜਾਬ ਵਾਲੇ ਕਿਸਾਨ ਬਣਾਉਂਦੇ ਆ ਜਾਂ ਨਸ਼ਿਆਂ ਦੇ ਆਦੀ ਕਰਦੇ ਆ ਮੈਨੂੰ ਨਹੀਂ ਲੱਗਦਾ ਵੀ ਅਜਿਹੀ ਜੀ ਕੋਈ ਘਟਨਾ ਹੈਗੀ ਆ ਕਿਉਂਕਿ ਲੱਖਾਂ ਮਜ਼ਦੂਰ ਜਿਹੜੇ ਸੀ ਜਦੋਂ ਕਰੋਨਾ ਕਾਲ ਸੀਗਾ ਪੰਜਾਬ 'ਚੋਂ ਗਏ ਔਰ ਜਦੋਂ ਉਹਨਾਂ ਦੀ ਸਮੱਸਿਆਵਾਂ ਵਧੀਆਂ ਥੋੜ੍ਹਾ ਕਰੋਨਾ ਠੰਡਾ ਹੋਇਆ ਅਤੇ ਫਿਰ ਉਹ ਲੱਖਾਂ ਮਜ਼ਦੂਰ 50 ਲੱਖ ਤੋਂ ਉੱਪਰ ਟਾਰਗੇਟ ਕਈ ਵਾਰੀ ਲੱਗਦਾ ਮਜ਼ਦੂਰਾਂ ਦਾ ਫਿਰ ਉਹ ਪੰਜਾਬ 'ਚ ਆ ਗਏ ਵਾਢੀ ਦਾ ਸੀਜ਼ਨ ਹੈ ਇਹ ਤੋਂ ਵੱਧ ਆਉਣੇ ਆ ਜੇ ਅਜਿਹਾ ਕੁਝ ਹੁੰਦਾ ਹੋਵੇ ਤਾਂ ਉਹ ਲੋਕ ਕਿਉਂ ਆਉਣ ਦੂਸਰਾ ਦੇਸ਼ ਵਾਸੀਆਂ ਅਤੇ ਪੰਜਾਬੀ ਕਿਸਾਨਾਂ ਦੇ ਵਿਰੁੱਧ ਇੱਕ ਇਹ ਵੀ ਫੁੱਟ ਪਾਉਣ ਦਾ ਜ਼ਰੀਆ ਇੱਕ ਮੀਡੀਆ ਟ੍ਰਾਇਲ ਕਰਾਏ ਜਾ ਰਹੇ ਆ ਤਾਂ ਇਹ ਕੋਸਾ ਦੂਰ ਆ ਕਿਸੇ ਤੁਸੀਂ ਨਸ਼ੇ ਦੀ ਗੱਲ ਤੁਸੀਂ ਆਪ ਕਰਦੇ ਹੋ ਬੀ ਐੱਸ ਐੱਫ ਤੁਹਾਡੀ ਬਾਰਡਰਾਂ 'ਤੇ ਖੜ੍ਹੀ ਆ
ਤਾਂ ਫਿਰ ਉਹ ਨਸ਼ਾ ਲੰਘ ਕੇ ਕਿਵੇਂ ਆ ਜਾਂਦਾ ਪੰਜਾਬ ਦੇ ਵਿੱਚ? ਤਾਂ ਤੁਹਾਡੇ ਵਾਲੇ ਸਵਾਲ ਵੀ ਉੱਠਦੇ ਨੇ। ਸੋ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਾਰਡਰ ਦੇ ਵਿੱਚ, ਆਪਣੇ ਮਿਡਲ ਈਸਟ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਾਡੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਕੰਮ ਕਰਨ ਜਾਂਦੇ ਆ, ਤਾਂ ਉੱਥੇ ਵੀ ਤਾਂ ਸਮੱਸਿਆ ਹੋ ਸਕਦੀਆਂ। ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਲਕਾਂ ਦੇ ਵਿੱਚ ਜਿਹੜੇ ਮਜ਼ਦੂਰ ਆਏ ਸੀ, ਉਹਨਾਂ ਨੇ ਮਾਲਕਾਂ ਦੇ ਨੁਕਸਾਨ ਕੀਤੇ ਆ, ਵੱਢ ਵੀ ਦਿੱਤਾ, ਕਈ ਵਾਰੀ ਚੋਰੀਆਂ 'ਚ ਫਟੀਆਂ। ਤਾਂ ਆਪਾਂ ਸਾਰੇ ਜਿਹੜੇ ਬਾਹਰੇ ਰਾਜਾਂ ਤੋਂ ਆਉਂਦੇ ਖੇਤ ਮਜ਼ਦੂਰ, ਉਹਨਾਂ ਨੂੰ ਬਦਨਾਮ ਨਹੀਂ ਕਰ ਸਕਦੇ ਗੱਲ ਨਾਲ ਲੈ ਕੇ। ਇਹ ਤਾਂ ਕੋਈ ਇੱਕਾ ਦੁੱਕਾ ਘਟਨਾ ਹੋ ਸਕਦੀ ਆ, ਕਦੀ ਐਂ ਨਹੀਂ ਹੋਇਆ। ਬੜੇ ਦਿਆਲੂ ਪੰਜਾਬ ਦੇ ਕਿਸਾਨ ਨੇ, ਔਰ ਆਪਣੇ ਜਿੱਦਾਂ ਆਪਦੇ ਪਰਿਵਾਰ ਦੇ ਜੀ ਉਵੇਂ ਹੀ ਆਪਣੇ ਮਜ਼ਦੂਰ ਭਰਾਵਾਂ ਨੂੰ ਜਾਣਦੇ। ਬਹੁਤ ਸਾਰੀ ਲੇਬਰ ਫੈਕਟਰੀਆਂ 'ਚ ਕੰਮ ਕਰਦੀ ਆ, ਲੁਧਿਆਣੇ 'ਚ ਇੱਕ ਵੱਡਾ ਹਿੱਸਾ ਜਿਹੜਾ ਵਾ ਉਹ ਹੋਰ ਰਾਜਾਂ ਦੇ ਮਜ਼ਦੂਰਾਂ ਜਿਹੜਾ ਕੰਮ ਕਰਦਾ ਵਾ, ਉਹਨਾਂ ਦੀਆਂ ਹਾਲਤਾਂ ਅਸੀਂ ਵੇਖੇ ਕਈ ਵਾਰੀ। ਚਲੋ ਉਹਨਾਂ ਨੇ ਆਪਣੀ ਮਿਹਨਤ ਕੀਤੀ ਇੱਥੇ ਆ ਕੇ, ਤਾਂ ਪੰਜਾਬੀਆਂ ਨਾਲੋਂ ਵਧੀਆਂ ਹਾਲਤਾਂ 'ਚੋਂ ਜ਼ਿੰਦਗੀ ਜੀ ਰਹੇ ਨੇ ਕਈ ਥਾਵਾਂ 'ਤੇ ਪੰਜਾਬ 'ਚ। ਇਸ ਕਰਕੇ ਆ ਵੀ ਦੇਸ਼ ਆ ਪੂਰਾ ਕਾਇਦਾ ਕਾਨੂੰਨ ਸਾਰਿਆਂ ਲਈ ਇੱਕ ਆ। ਅਜਿਹੇ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ ਹੈਗੀ ਜਿਹੜੀ ਕੇਂਦਰ ਸਰਕਾਰ ਲਾ ਰਹੀ ਆ, ਖਾਸ ਕਰਕੇ ਇਸ ਅੰਦੋਲਨ ਦੇ ਵਿੱਚ। ਮਤਲਬ ਇੱਕ ਹੋਰ ਜਿਹੜਾ ਸਮਾਜ ਦੇ ਵਿੱਚ ਡਿਵਾਈਡ ਕਿਵੇਂ ਕੀਤਾ ਜਾਵੇ, ਪੰਜਾਬੀਆਂ ਦੀ ਬਰਿਆਈ ਕਿਵੇਂ ਕੀਤੀ ਜਾ ਸਕੇ, ਇਹ ਇਸ ਮਨਸ਼ੇ ਦੇ ਨਾਲ ਜਿਹੜੀ ਕੇਂਦਰ ਸਰਕਾਰ ਆ ਇਸ ਕਿਸਮ ਦਾ ਪ੍ਰਚਾਰ ਪ੍ਰੋਪੋਗੰਡਾ ਕਰਾ ਰਹੀ ਆ, ਤਾਂ ਇਹ ਕਾਮਯਾਬ ਨਹੀਂ ਹੋਣਾ, ਇਹ ਵੀ ਖਤਮ ਹੋ ਜਾਣਾ ਵਾ। ਸੋ ਸਾਰੇ ਦੇਸ਼ ਵਾਸੀ ਇੱਕ ਮੁੱਠ ਆ, ਸਾਰੇ ਦੇਸ਼ ਦਾ ਕਿਸਾਨ ਮਜ਼ਦੂਰ ਇੱਕ ਮੁੱਠ ਆ। ਜਿੰਨਾ ਚਿਰ ਖੇਤੀ ਦੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਇਹ ਅੰਦੋਲਨ ਸਖ਼ਤ ਤੋਂ ਸਖ਼ਤ ਤਰੀਕੇ ਨਾਲ ਜਾਰੀ ਰਹੂਗਾ, ਕਿਉਂਕਿ ਕੇਂਦਰ ਦੇ ਕਣਕ ਦੇ ਜਿਹੜੀ ਕਣਕ ਦੀ ਖਰੀਦ ਦੇ ਖਿਲਾਫ਼ ਜਿਵੇਂ ਉਹਨਾਂ ਨੇ ਜੋ ਅੜਚਣਾਂ ਖੜੀਆਂ ਕੀਤੀਆਂ, ਜਿਵੇਂ ਜਿੱਡਾ ਵੱਡਾ ਮੁੱਦਾ ਉੱਭਰ ਕੇ ਆਇਆ, ਉਹਦੇ ਪੈਰਲਲ ਨਵੀਆਂ ਚੀਜ਼ਾਂ ਚਿੱਠੀ ਕੱਢ ਕੇ ਇੱਕ ਨਵੇਂ ਤਰੀਕੇ ਨਾਲ ਹੋਰਨਾਂ ਪਾਸੇ ਜਿਹੜਾ ਅੰਦੋਲਨ ਦਾ ਧਿਆਨ ਜਿਹੜਾ ਵਟਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ। ਧੰਨਵਾਦ। ਸੋ ਹੁਣ ਅੱਜ ਦੀਆਂ ਖਬਰਾਂ ਸਮਾਪਤ ਕਰਦੇ ਹਾਂ। ਧੰਨਵਾਦ।